ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਜੀ ਸਾਰਿਆਂ ਦਾ? ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ। ਅੱਜ ਬੜੇ ਦਿਨਾਂ ਬਾਅਦ ਮੈਂ ਅਤੇ ਰਾਜਿੰਦਰ ਲੱਗੇ ਹਾਂ ਵਲੋਗ ਸਟਾਰਟ ਕਰਨ। ਤੁਹਾਨੂੰ ਜਿੱਦਾਂ ਪਤਾ ਹੈ ਕਿ ਸਾਰਿਆਂ ਨੂੰ ਵੀ ਇਹ ਆਈ ਹੈ ਆਪਣੇ ਪੇਕੇ, ਅਤੇ ਅੱਜ ਵਲੋਗ ਬਣਾਉਣ ਦਾ ਸਾਡਾ ਕਾਰਨ ਇਹ ਆ ਕਿ ਮੇਰੀ ਭਾਬੀ ਦਾ ਹੈਪੀ ਬਰਥਡੇ ਆ। ਹਾਂ, ਹੈਪੀ ਬਰਥਡੇ ਆ, ਅਤੇ ਆਪਾਂ ਲੱਗੇ ਹਾਂ ਬਣਾਉਣ ਭਾਬੀ ਦਾ ਜਨਮਦਿਨ ਜਨਮ ਵੱਡੇ, ਹੈ ਨਾ। ਸਮਾਨ ਸਾਰਾ ਆਇਆ ਪਿਆ ਵਾ, ਆ ਗਈ ਆ ਪਾਰਟੀ ਬਣੀ ਸਾਡੇ ਵੱਲ ਕਿ ਡੈਡੀ ਦੀ ਰਿਟਾਇਰਮੈਂਟ ਆ ਕੱਲ ਨੂੰ, ਉਹ ਵੀ ਆਪਾਂ ਪਾਰਟੀ ਖਾ ਕੇ ਫੇਰ ਹੀ ਜਾਵਾਂਗੇ, ਤੇ ਚਲੋ ਫੇਰ ਬਣਾਈਏ ਜਨਮ ਦਿਨ। ਚੱਲ ਲਓ ਜੀ, ਇੱਧਰ ਹੋਣੀਆਂ ਤਿਆਰੀਆਂ, ਵੱਡੇ ਜਿਨ੍ਹਾਂ ਦਾ ਚੁੱਪ ਕਰਕੇ ਬੈਠੇ ਆ ਸਾਰੇ ਜਾਣੇ ਮੈਸਜਾਂ ਵਿੱਚ ਹੈਪੀ ਬਰਥਡੇ ਜ਼ਰੂਰ ਲਿਖਿਓ। ਅੱਜ ਸਾਡੀ ਭਾਬੋ ਦਾ ਬਰਥਡੇ ਆ, ਆਹ ਇੱਕ ਅੱਧਾ ਭਗਾਨਾ ਨੂੰ ਛੋਟੇ ਖਲਾਉਂਦੇ ਆ। ਉਧਰ ਵੇਖੋ ਹੈਪੀ ਬਰਥਡੇ ਬੁਲਾਉਣ ਦਿਆ, ਪੱਪੂ ਸ਼ਾਹ ਵਲੋਗ ਦਾ ਨਾਂ ਰੱਖੇ, ਵਧੀਆ ਚੱਲਣਾ, ਮੰਨਦਾ ਨੀ ਕਿਸੇ ਸਾਰਾ ਕੁਝ ਦੇਖਣ ਨੂੰ ਮਿਲੂ ਤੁਹਾਨੂੰ, ਬੱਕਰੀਆਂ, ਕੁੱਕੜ, ਕਬੂਤਰ, ਮੁੰਡੇ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਆਹੋ, ਨਹੀਂ ਇਹ ਤਾਂ ਗੱਲ ਹੈਗੀ, ਇਹ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਕਿ ਇਹ ਮੇਰਾ ਫੇਵਰੇਟ ਸਾਲਾ ਆ। ਆਹੋ, ਸੋਹਣਾ ਹੀ ਆ ਫਤਿਹ, ਸੋਹਣੇ ਆ ਬੋਧੇ। ਹੈਪੀ ਬਰਥਡੇ ਟੂ ਯੂ।
ਚਲੋ ਕੱਟੋ ਕੇਕ ਟੂ ਟੂ ਫਟੇ ਕੇਕ ਕੱਟ ਲਾ ਹੈਪੀ ਬਰਥਡੇ ਉੱਚੀ ਬੋਲੋ ਹੋਰਾ ਹਿੱਲਣ ਵਾਲੀ ਮਾਸੀ ਖਵਾਓ ਚਲੋ ਇੱਕ ਦੂਜੇ ਨੂੰ ਪੰਦਰਾਂ ਬੰਦਾ ਇਕੱਲਾ ਖਾਣਾ ਖਾਣ ਵਾਲੀ ਮਾਸੀ ਬੈਠੀ ਆ ਇਹ ਕੌਣ ਆ ਪੱਪੂ ਬਲੌਗਰ ਛੋੜ ਤਾਂ ਹਾਂ ਦੱਸ ਕੀ ਦਿੱਤਾ ਗਿਫਟ ਲਾ ਹੀ ਲਈਏ ਹਨਾ ਦੱਸ ਕੀ ਲਿਆਂਦਾ ਅੱਗੇ ਖੋਲ ਕੇ ਦੱਸ ਨਾ ਕਿਹੜੀ ਆ ਹੋਰ ਕੀ ਆ ਸੰਜੋ ਖੋਲਾਂ ਕੇ ਪਤਾ ਲੱਗ ਜੂਗਾ ਬਰਗਰ ਖਾਓ ਪਹਿਲਾਂ ਖਾਣਾ ਆ ਮੋਮੋਸ ਆ ਮਨਚੂਰੀਅਨ ਚਲੋ ਫਿਰ ਖਾਓ ਆ ਕਾਹਦਾ ਕੇਕ ਆ ਤੂੰ ਦੱਸ ਦੇ ਤੈਨੂੰ ਗੱਲ ਤੈਨੂੰ ਪਤਾ ਹੀ ਆ ਸਤਲੋ ਜਿੰਨਾ ਕੇਕ ਕੱਟਣਾ ਇੱਧਰ
ਆਹ ਫੋਟੋ ਸੋਹਣੀ ਹੈ ਨਾ ਪਹਿਲਾਂ ਖਾਣ ਦੀ ਪੈਣੀ ਪਲੇਟਾਂ ਲਾਈ ਆ। ਚਲੋ ਕੱਢੋ ਯਾਰ ਕੇਕ। ਕਟਵਾਓ ਕੇਕ। ਚਲੋ ਕਾਹਦੀ ਢੇਲ ਹੁਣ ਵੀਡੀਓ ਬਣ ਗਈ ਆ। ਹੈਪੀ ਬਰਥਡੇ। ਵਧਾਈਆਂ ਹੋਣ ਰਿਟਾਇਰਮੈਂਟ ਦੀਆਂ। ਇਹਦਾ ਕਹਿ ਦੋ ਚੱਲ ਗੁੱਡੋ ਕੱਟੋ ਤਾੜੀਆਂ ਮਾਰੋ। ਪਹਿਲਾਂ ਹੁਣ ਤਾਂ ਦੇ ਆਪਾਂ ਥੋੜ੍ਹ ਦੇਣੇ ਆ, ਲੈ ਆਪਾਂ ਨਿੱਕੇ ਆ ਸਾਰੇ। ਅੱਛਾ ਇਹ ਵੱਡੇ ਆ, ਇਹ ਵੱਡੇ ਆ ਸਾਰੇ ਪਾਸੇ ਵੱਡੇ ਆ। ਠੀਕ ਆ ਠੀਕ ਆ। ਲੈ ਪਾ ਗੁੱਡਿਆ ਖਾ ਜੀ, ਖਵਾਦਾ ਸ਼ੂਗਰ ਹੋ ਜੂ। ਚਲੋ ਖਾਓ ਤੇ ਖਾਓ ਮੰਮੀ ਨੂੰ ਹੋਰ ਖਵਾ ਲਓ ਯਾਰ। ਸਾਨੂੰ ਵੀ ਖਵਾ ਲਓ ਯਾਰ। ਮੈਨੂੰ ਵੀ ਪੜਾਇਆ ਗਿਆ।
ਕੀ ਕਹਿੰਦੇ ਹਾਂ ਭਈਆ ਰਾਣੀ ਬੈਠੀ ਹੈ ਜੇ ਲੋੜ ਹੋਈ ਕਰਿਓ ਜਲਦੀ ਸੰਪਰਕ ਭਈਆ ਚਾਹੀਦਾ ਤਾਂ ਵੀ ਦੱਸਿਓ ਜੇ ਆਪਾਂ ਲੋੜ ਲੋੜਾਈ ਦੱਸ ਕੋਈ ਨਾ ਭਾਈ ਤੂੰ ਪੁੱਛੇ ਬੜਾ ਚਾਹੀਦਾ ਲੋੜ ਆ ਦੱਸੀ ਭਾਈ ਮੜਾ ਚਮਚਾ ਦੋ ਦੁਆ ਖਾਲੀ ਅੱਧਾ ਹੈਗਾ ਭਾਬੀ ਨੀ ਖਾਣਾ ਤੁਸੀਂ ਤਾਂ ਗੁੱਡਣ ਦੋ ਦੇਖਿਆ ਤੀਜਾ ਕੇਕ ਖਵਾਇਆ ਕੁੜੀ ਨੂੰ ਮੈਂ ਦੇਖਿਆ ਨੀ ਬਸ ਮੇਰਾ ਭਰਾ ਹੀ ਲਿਆ ਕੇ ਦਿੰਦਾ ਕੇਕ ਪਿਓ ਦੋ ਦੇਖ